ਸਿੱਖ ਇਤਿਹਾਸ ਦੇ ਮਹਾਨ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕੁਰਬਾਨੀ ਦੇ 300 ਸਾਲਾ ਸ਼ਤਾਬਦੀ ਦਿਵਸ ਨੂੰ ਸਮਰਪਿਤ ਮਲਟੀਮੀਡੀਆ ਪੈਨੋਰਾਮਾ ਬੰਦਾ ਸਿੰਘ ਬਹਾਦਰ ਹਰਾਮ ਅਤੇ ਖਾਸ ਨੂੰ ਇਹ ਇਤਲਾਕ ਕੀਤੀ ਜਾਂਦੀ ਹੈ ਕਿ ਹੁਣ ਤੱਕ ਸਾਰੇ ਪੰਜਾਬ ਵਿੱਚੋਂ ਧਾੜਵੀ ਅਤੇ ਅਤਿਆਚਾਰੀ ਮੁਗਲਾਂ ਦਾ ਸਫਾਇਆ ਕਰਕੇ ਖਾਲਸਾ ਰਾਜ ਸਥਾਪਿਤ ਕੀਤਾ ਜਾ ਚੁੱਕਿਆ ਹੈ। ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਮ ਦਾ ਨਵਾਂ ਸਿੱਕਾ ਜਾਰੀ ਕੀਤਾ ਗਿਆ ਹੈ। ਸਹਾਰਨਪੁਰ ਜਿੱਤਣ ਤੋਂ ਬਾਅਦ ਉਹ ਜਲਾਲਾਬਾਦ ਵੱਲ ਤੁਰ ਪਏ। ਰਾਹ ਵਿੱਚ ਜਿੰਨੇ ਵੀ ਮੁਗਲ ਇਲਾਕੇ ਆਏ, ਖਾਲਸਾ ਸਭ ਨੂੰ ਸੋਧਦਾ ਅੱਗੇ ਵਧਦਾ ਰਿਹਾ। ਸਿੰਘਾਂ ਦੇ ਇਹਨਾਂ ਕਾਰਨਾਮਿਆਂ ਨੇ ਦਿੱਲੀ ਦਰਬਾਰ ਨੂੰ ਹਿਲਾ ਕੇ ਰੱਖ ਦਿੱਤਾ। ਖਾਲਸਾ ਜੀ, ਹੁਣੇ ਹੁਣੇ ਖਬਰ ਮਿਲੀ ਹੈ ਕਿ ਦਿੱਲੀ ਦਾ ਸੁਲਤਾਨ ਬਹਾਦਰ ਸ਼ਾਹ 1 ਲੱਖ ਦੀ ਫੌਜ ਲੈ ਕੇ ਪੰਜਾਬ ਵੱਲ ਵੱਧ ਰਿਹਾ ਹੈ ਤੇ ਇਸ ਵੇਲੇ ਸੋਨੀਪਤ ਨੇੜੇ ਤੰਬੂ ਗੱਡੀ ਬੈਠਾ ਹੈ। ਪਿਛਲੀਆਂ ਕਈ ਪੀੜ੍ਹੀਆਂ ਤੋਂ ਹਿੰਦੁਸਤਾਨ ਦੇ ਉੱਪਰ ਹਕੂਮਤ ਚਲਾ ਰਹੇ ਮੁਗਲ ਖਾਨਦਾਨ ਦੇ ਵਿੱਚ ਕਦੇ ਵੀ ਅਜਿਹਾ ਨਹੀਂ ਹੋਇਆ ਕਿ ਕਿਸੇ ਵੀ ਬਾਦਸ਼ਾਹ ਨੂੰ ਮਹਿਜ਼ ਇੱਕ ਬਾਗੀ ਤੇ ਡਰ ਕੇ ਰਾਜਪੂਤਾਂ ਨਾਲ ਸੰਧੀਆਂ ਕਰਨੀਆਂ ਪਈਆਂ ਹੋਣ, ਤੇ ਉਹ ਵੀ ਬਿਨਾਂ ਸ਼ੱਕ। ਜਨਾਬ, ਮੈਂ ਆਪ ਗੜੀ ਦੇ ਅੰਦਰ ਝਾਕ ਕੇ ਵੇਖਿਆ, ਸਾਰੇ ਸਿੱਖ ਅਧਮਰੀ ਹਾਲਤ 'ਚ ਬੈਠੇ ਨੇ, ਜਿਵੇਂ ਕਈ ਚਿਰਾਂ ਤੋਂ ਬਿਮਾਰ ਹੋਣ। ਲੱਗਦਾ ਹੈ ਮੇਰੀ ਤਰਕੀਬ ਰੰਗ ਲੈ ਆਈ ਹੈ। 8 ਮਹੀਨਿਆਂ ਤੋਂ ਮੈਂ ਇਸੇ ਦਿਨ ਦਾ ਹੀ ਇੰਤਜ਼ਾਰ ਕਰ ਰਿਹਾ ਸੀ। ਫਿਰ ਵੀ ਅੱਬਾ ਜਾਨ, ਸਾਨੂੰ ਮੁਸਤੈਦੀ ਨਾਲ ਕੰਮ ਲੈਣਾ ਚਾਹੀਦਾ ਹੈ। ਸਾਰੇ ਸਿਪਾਹੀਆਂ ਨੂੰ ਹਮਲੇ ਲਈ ਫੌਰਨ ਤਿਆਰ ਕਰੋ। ਜੀ ਅੱਬਾ ਜਾਨ। ਬੇਟੇ ਜ਼ਕਰੀਆ, ਆਓ ਮੇਰੇ ਨਾਲ। ਮੈਂ ਜਾਣਦਾ ਹਾਂ ਕਿ ਤੁਹਾਡੀ ਹਾਲਤ ਜੰਗ ਦੇ ਕਾਬਲ ਨਹੀਂ ਰਹੀ, ਫਿਰ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਆਖਰੀ ਮੌਕਾ ਦਿੰਦਾ ਹਾਂ। ਜੇਕਰ ਤੁਸੀਂ ਹਥਿਆਰ ਸੁੱਟ ਦੇਵੋ ਤੇ ਅੱਗੇ ਵਾਸਤੇ ਜੰਗ ਤੋਂ ਤੌਬਾ ਕਰ ਲਵੋ ਤਾਂ ਮੈਂ ਵਾਅਦਾ ਕਰਦਾ ਹਾਂ ਕਿ ਬਾਦਸ਼ਾਹ ਤੋਂ ਤੁਹਾਡੀ ਜਾਨ ਬਖਸ਼ਵਾ ਦੇਵਾਂਗੇ। ਅੰਦਰੋਂ ਕੋਈ ਜਵਾਬ ਨਾ ਆਉਂਦਾ ਵੇਖ ਮੁਗਲਾਂ ਨੇ ਗੜੀ ਦੇ ਦਰਵਾਜ਼ੇ ਤੋੜ ਗੜੀ ਉੱਤੇ ਕਬਜ਼ਾ ਕਰ ਲਿਆ। ਭੁੱਖੇ ਪਾਣੇ ਸਿੰਘਾਂ ਨੇ ਮੁਕਾਬਲਾ ਡਟ ਕੇ ਕੀਤਾ, ਪਰ ਮੁਗਲ ਫੌਜਾਂ ਨੇ 300 ਸਿੰਘਾਂ ਨੂੰ ਗੜੀ ਅੰਦਰ ਹੀ ਸ਼ਹੀਦ ਕਰ ਦਿੱਤਾ ਤੇ ਉਹਨਾਂ ਦੇ ਸਿਰ ਵੱਢ ਕੇ ਨੇਜ਼ਿਆਂ ਉੱਤੇ ਟੰਗ ਲਏ। ਬਾਬਾ ਬੰਦਾ ਸਿੰਘ ਬਹਾਦਰ ਸਮੇਤ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਲੋਹੇ ਦੀਆਂ ਬੇੜੀਆਂ ਨਾਲ ਜਕੜ ਕੇ ਪਿੰਜਰਿਆਂ ਵਿੱਚ ਕੈਦ ਕਰ ਲਿਆ ਗਿਆ। ਦਿੱਲੀ ਲਈ ਜਾਣ ਤੋਂ ਪਹਿਲਾਂ ਕੈਦ ਕੀਤੇ ਗਏ ਸਿੰਘਾਂ ਦਾ ਜਲੂਸ ਲਾਹੌਰ ਤੇ ਫਿਰ ਸਰਹੰਦ ਵਿੱਚ ਕੱਢਿਆ ਗਿਆ। ਦਿੱਲੀ ਤੱਕ ਪਹੁੰਚਦਿਆਂ ਇਹਨਾਂ ਸਿੰਘਾਂ ਦੀ ਗਿਣਤੀ ਹੋਰ ਵੱਧ ਗਈ। 29 ਫਰਵਰੀ 1716 ਈਸਵੀ ਦੇ ਦਿਨ ਇਹ ਜਲੂਸ ਦਿੱਲੀ ਸ਼ਹਿਰ ਵਿੱਚ ਦਾਖਲ ਹੋਇਆ। ਉਸ ਵੇਲੇ ਦਿੱਲੀ ਸ਼ਹਿਰ ਦੇ ਲੋਕ ਇਸ ਖੌਫਨਾਕ ਮੰਜ਼ਰ ਤੇ ਖਾਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੇਖਣ ਲਈ ਘਰਾਂ ਤੋਂ ਬਾਹਰ ਨਿਕਲ ਆਏ ਤੇ ਸਿੰਘਾਂ ਨੂੰ ਤਾਣੇ ਦੇਣੇ ਸ਼ੁਰੂ ਕਰ ਦਿੱਤੇ। ਪਰ ਗੁਰੂ ਦੇ ਸਿੰਘ ਸਭ ਕੁਝ ਚੁੱਪ ਚਾਪ ਵਾਹਿਗੁਰੂ ਦਾ ਪਾਣਾ ਮੰਨ ਕੇ ਸਹਿ ਗਏ। ਓਏ,
ਤੁਹਾਡੇ ਸਰਦਾਰ ਬੰਦੇ ਸਿੰਘ ਦੇ ਪਿੰਜਰੇ ਵਾਲਾ ਹਾਥੀ ਤੇ ਉਹ ਜਾਂਦਾ ਰਿਹਾ ਤੇ ਤੁਸੀਂ ਪਿੱਛੇ ਰਹਿ ਗਏ। ਹੈ ਉਹ ਜੇ ਕਿਤੇ ਤੁਹਾਡਾ ਸਰਦਾਰ ਪਿੰਜਰੇ ਚੋਂ ਨਿਕਲ ਕੇ ਭੱਜ ਗਿਆ ਤੇ ਬਈ ਲੱਗਦਾ ਹੈ ਹੁਣ ਤੁਸੀਂ ਆਪਣੇ ਸਰਦਾਰ ਦੇ ਵਫ਼ਾਦਾਰ ਨਹੀਂ ਰਹੇ। ਓਏ ਸਾਡੀ ਬਹਾਦਰੀ ਦੇ ਜਲਵੇ ਤੁਹਾਡੇ ਤੋਂ ਵੱਧ ਕੌਣ ਜਾਣਦਾ ਹੈ? ਉਹ ਤੇ ਭੁੱਖ ਨੇ ਤੁਹਾਡੇ ਹੱਥ ਪਾ ਦਿੱਤੇ ਨਹੀਂ ਤੇ। ਸੁਣੋ ਮੀਆਂ ਚੁੱਪ ਚਾਪ ਇਸਲਾਮ ਕਬੂਲ ਕਰ ਲਓ ਜਾਨ ਪਕਸ਼ੀ ਹੋ ਜਾਏਗੀ। ਜ਼ਿੰਦਾ ਰਹੇ ਤਾਂ ਬਹਾਦਰੀ ਵੀ ਵਿਖਾ ਸਕੋਗੇ ਵਰਨਾ ਹਾਕਮਾਂ ਦੀ ਗੱਲ ਮੰਨ ਲਓ ਨਹੀਂ ਤੇ ਕਤਲ ਕਰ ਦਿੱਤੇ ਜਾਓਗੇ। ਕਰੋ ਕਤਲ, ਅਸੀਂ ਕਤਲ ਹੋਣ ਤੋਂ ਕਦੋਂ ਡਰਦੇ ਹਾਂ? ਓਏ ਤੁਹਾਨੂੰ ਬਿਲਕੁਲ ਡਰ ਨਹੀਂ ਲੱਗਾ ਸ਼ਾਹੀ ਫੌਜਾਂ ਨਾਲ ਟੱਕਰ ਲੈਂਦੇ ਆ? ਜੇ ਡਰਦੇ ਤਾਂ ਲੜਦੇ ਹੀ ਕਿਉਂ? ਸਾਡੇ ਸਤਿਗੁਰਾਂ ਨੇ ਫਰਮਾਇਆ ਹੈ ਪੈ ਕਾਹੂ ਕੋ ਦੇਤ ਨਹਿ ਪੈਮਾਨਤ ਆਨ। ਸਤਿਗੁਰਾਂ ਨੇ ਸਾਨੂੰ ਖਾਲਸਾ ਸਾਜ ਕੇ ਸਿੰਘ ਬਣਾਇਆ ਹੈ, ਸਿੰਘ ਯਾਨੀ ਸ਼ੇਰ, ਤੇ ਸ਼ੇਰ ਭਾਵੇਂ ਬਾਹਰ ਹੋਵੇ ਜਾਂ ਪਿੰਜਰੇ ਚ ਸ਼ੇਰ ਹਮੇਸ਼ਾ ਸ਼ੇਰ ਹੀ ਰਹਿੰਦਾ ਹੈ। ਵਾਹ ਮੀਆਂ, ਇੰਨਾ ਕੁਛ ਹੋਣ ਦੇ ਬਾਵਜੂਦ ਵੀ ਇੰਨਾ ਘਮੰਡ! ਤੁਸੀਂ ਸਾਰੇ ਸਾਡੇ ਵਰਗੇ ਇਨਸਾਨ ਹੋ, ਫਿਰ ਤੁਸੀਂ ਮੁਸਲਮਾਨਾਂ ਔਰਤਾਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਕਿਉਂ ਕਤਲ ਕੀਤਾ? ਨਹੀਂ, ਇਹ ਸੱਚ ਨਹੀਂ ਹੈ। ਇਹ ਗੱਲਾਂ ਸਾਨੂੰ ਬਦਨਾਮ ਕਰਨ ਲਈ ਫੈਲਾਈਆਂ ਗਈਆਂ ਨੇ। ਸਰਹੰਦ ਸ਼ਹਿਰ ਦਾ ਹਰੇਕ ਪਛਿੰਦਾ ਪਾਪੀ ਸੀ ਪਾਪੀ, ਜਦੋਂ ਕਿ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਗੁਰੂ ਜੀ ਦੇ ਲਾਲਾਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ, ਪਰ ਉਹ ਕੁਝ ਨਹੀਂ ਬੋਲੇ। ਇਸੇ ਲਈ ਅਸੀਂ ਉਹਨਾਂ ਨੂੰ ਸਜ਼ਾ ਦਿੱਤੀ। ਹੋਰ ਅਸੀਂ ਕਿਸੇ ਔਰਤ, ਬੱਚੇ ਜਾਂ ਬਜ਼ੁਰਗ ਉੱਤੇ ਹਥਿਆਰ ਨਹੀਂ ਚੁੱਕੇ। ਯਾਦ ਰੱਖੋ, ਖਾਲਸੇ ਦਾ ਜਨਮ ਜ਼ੁਲਮ ਮਿਟਾਉਣ ਲਈ ਹੋਇਆ, ਜ਼ੁਲਮ ਕਰਨ ਲਈ ਨਹੀਂ। ਤੇ ਜਦੋਂ ਤੱਕ ਜ਼ੁਲਮ ਦਾ ਖਾਤਮਾ ਨਹੀਂ ਹੋ ਜਾਂਦਾ, ਖਾਲਸੇ ਦੀ ਕਿਰਪਾਨ ਉੱਠਦੀ ਰਹੇਗੀ। ਸ਼ਾਬਾਸ਼ ਮੇਰੇ ਸਿਪਾ ਸਲਾਰੋ, ਮੁਗਲ ਹਕੂਮਤ ਦੇ ਸਭ ਤੋਂ ਵੱਡੇ ਖਤਰੇ ਨੂੰ ਖਤਮ ਕਰਕੇ ਤੁਸੀਂ ਮੁਗਲ ਸਲਤਨਤ ਦੀ ਉਮਰ ਕਈ ਸੌ ਸਾਲ ਲੰਮੀ ਕਰ ਦਿੱਤੀ ਹੈ। ਇਸ ਖੁਸ਼ੀ ਦੇ ਮੌਕੇ ਉੱਤੇ ਆਪ ਸਭ ਨੂੰ ਖਿਲਤਾਂ, ਜਗੀਰਾਂ ਅਤੇ ਸੁਨਹਿਰੀ ਕਾਠੀ ਵਾਲੇ ਘੋੜੇ ਇਨਾਮ ਵਜੋਂ ਦਿੱਤੇ ਜਾਂਦੇ ਨੇ। ਅਮੀਨ ਖਾਨ, ਖਜ਼ਾਨੇ ਦੇ ਦਰਵਾਜ਼ੇ ਖੋਲ ਦਿੱਤੇ ਜਾਣ, ਗਰੀਬਾਂ ਤੇ ਲੋੜਵੰਦਾਂ ਨੂੰ ਦਿਲ ਖੋਲ ਕੇ ਖੈਰਾਤ ਦਿੱਤੀ ਜਾਏ। ਜਹਾਪਨਾ, ਕਾਫਰਾਂ ਦੀ ਗ੍ਰਿਫਤਾਰੀ ਮੌਕੇ ਜੋ ਹਥਿਆਰ ਜ਼ਬਤ ਕੀਤੇ ਗਏ ਸਨ ਉਹ ਸਭ ਰੁਪਏ ਤੇ ਗਹਿਣਿਆਂ ਸਮੇਤ ਸ਼ਾਹੀ ਮਾਲਖਾਨੇ ਵਿੱਚ ਜਮ੍ਹਾਂ ਕਰਵਾ ਦਿੱਤੇ ਗਏ ਨੇ। ਦੇ ਰਹੀ ਉਹਨਾਂ ਦੀ ਫਹਿਰਿਸਤ ਹੈ, ਸਿਰਫ 1000 ਤਲਵਾਰਾਂ ਤੇ 278 ਢਾਲਾਂ ਨਾਲ ਉਸ ਮਰਦੂਦ ਨੇ 30,000 ਦਾ ਲਸ਼ਕਰ 8 ਮਹੀਨੇ ਬਾਹਰ ਖੜਾ ਕਰੀ ਰੱਖਿਆ। ਆਲੀਜਾ, ਮੈਨੂੰ ਇਹ ਆਖਦੇ ਹੋਏ ਜ਼ਰਾ ਵੀ ਹਿਚਕਚਾਹਟ ਨਹੀਂ ਕਿ ਉਹ ਕਾਫਰ ਤੇ ਉਸ ਦੇ ਸਾਥੀ ਸਿਰਫ ਭੁੱਖ ਨੇ ਹੀ ਅਧੀਨ ਹੋਣ ਲਈ ਮਜਬੂਰ ਕਰ ਦਿੱਤੇ, ਵਰਨਾ ਇਹ ਕਿਸੇ ਦੀ ਬਹਾਦਰੀ ਜਾਂ ਅਕਲਮੰਦੀ ਦਾ ਨਤੀਜਾ ਨਹੀਂ ਕਿ ਉਹ ਮੁਗਲਾਂ ਦੇ ਹੱਥ ਪੈ ਗਏ। ਜਹਾਂ ਪਨਾ, ਕੈਦ ਖਾਨੇ ਵਿੱਚ ਉਸ ਬੰਦੇ ਦਾ ਵਿਹਾਰ, ਮੈਂ ਹੈਰਾਨ ਹਾਂ ਕਿ ਇੰਨੇ ਰੌਬਦਾਰ ਤੇ ਤਿੱਖੇ ਨੈ ਨਕਸ਼ ਜਾਂਬਾਜ਼ ਤੇ ਰਾਜਸੀ ਵਿਹਾਰ ਵਾਲਾ ਸ਼ਖਸ ਮੁਸਲਮਾਨ ਔਰਤਾਂ ਅਤੇ ਬੱਚਿਆਂ ਉੱਪਰ ਕਿਵੇਂ ਜ਼ੁਲਮ ਕਰ ਸਕਦਾ ਹੈ? ਇਸ ਦਾ ਮਤਲਬ ਉਹ ਨਾ ਮੁਰਾਦ ਬੰਦਾ ਸਿਰਫ ਨਾਂ ਦਾ ਹੀ ਨਹੀਂ ਨੁਹਾਰ ਦਾ ਵੀ ਬਹਾਦੁਰ ਹੈ। ਇਸ ਨਾਚੀਜ਼ ਲਈ ਜਹਾਂ ਪਨਾਹ ਦਾ ਕੀ ਹੁਕਮ ਹੈ? ਇਸ ਮਰਦੂਦ ਬੰਦੇ ਨੂੰ ਉਸ ਦੇ ਮੁੱਖ ਸਾਥੀਆਂ ਸਮੇਤ ਮੀਰ ਆਤਿਸ਼ ਪੀ ਰਹੀਮ ਉਦੀਨ ਖਾਨ ਦੀ ਨਿਗਰਾਨੀ ਹੇਠ ਤ੍ਰਿਪੋਲੀਆ ਲਿਜਾਇਆ ਜਾਏ ਤੇ ਹਰ ਹੀਲੇ ਨਾਲ ਇਹ ਉਗਲਵਾਇਆ ਜਾਏ ਕਿ ਉਸ ਬੰਦੇ ਨੇ ਲੁੱਟਿਆ ਹੋਇਆ ਖਜ਼ਾਨਾ ਕਿੱਥੇ ਲੁਕਾਇਆ ਹੋਇਆ ਹੈ। ਬਾਕੀ ਕਾਫਰਾਂ ਨੂੰ
शहर दे कोतवाल सरबराह खान दे हवाले कर दिता जाए ते याद रहे कि जो कोई भी इस्लाम कबूल कर लवे वो बख्श दिता जाए ते जो ना कबूल करे उसनू शरेआम कत्ल कर दिता जाए। जो हुक्म जहां पना हजूर दुहाई है हजूर रहम करो हजूर मेरे गरीब ते रहम करो रहम हजूर रहम। कहो की फरियाद लेके आई है? हजूर मैं विधवा हजूर मेरा एक पुत्र हजूर दी कैद विच बंद है वो बेकसूर है हजूर वो ते सिखां दी कैद विच सी ऐसे तरह उसनु आप दे सिपाही कैद करके ले आए वो बेकसूर है हजूर उसनु बख्श दे हजूर रहम करो। ठीक है इस औरत दे पुत्र नू फौरन पेश कीता जाए। हाँ हजूर यही है मेरा पुत्र यही है हजूर इसकी जान बख्श दो मैं सारी उम्र आपनू दुआवां देवांगी ये बंदा बहादुर दा साथी नहीं है हजूर नहीं है बंदा बहादुर दा साथी। ठीक तू इसनू ले जा सकती है असी इसनू माफ कर दे आ। बादशाह फरक्सियर मैनू तेरी दया नहीं चाहिदी मैनू मेरे साथिया दे कोल वापस भेजा जावे। गुस्ताख लड़के असी तेरी मां दी फरियाद सुन के तेरी जान बख्श दित्ती है जा चला जा नहीं ते तू भी उन्ना कैदियां नाल मारिया जाएगा। पर ए जो भी कह रही है वो सब झूठ है बल्कि ए मेरी मां है ही नहीं मैं इस औरत दा पुत्र हो ही नहीं सकता असी ता दसम पिता दी संतान हां असी मौत तो नहीं डरदे साडे दसम पिता ने अपने चारे पुत्र धर्म तो वार दित्ते सन ते ए औरत एक पुत्र वारन तो डर गई ए मेरी मां हो ही नहीं सकती मैं एक सच्चा सिख हां खालसा हां मैनू छेती मेरे साथियां कोल पहुंचाओ। ले जाओ इस बदसात नू मेरियां अखां सामणे ते मौत ते काट उतार दियो। ओ बेरहम बादशाह तू की सोचता है कि तू जित गया है याद रख खालसे दी कृपान धरती तो जुल्म मिटा के ही रहेगी जब आपकी औत निदान बने अतिरण में तब जूझ मरो जो बोले सो निहाल सत श्री अकाल। मुगला वालों पूछ पड़ताल ते जबर कर दिया सिंघां दा कतलेआम शुरू होया सरवरा खान दी निगरानी विच हर रोज 100 सिंह कतल कीते जांदे ਇਹ ਕਤਲੇਆਮ ਲਗਾਤਾਰ 7 ਦਿਨ ਚੱਲਦਾ ਰਿਹਾ ਪਰ ਗੁਰੂ ਦੇ ਸਿੰਘਾਂ ਨੂੰ ਮੌਤ ਦਾ ਕੋਈ ਭੈ ਨਹੀਂ ਸੀ ਉਹ ਜੱਲਾਦ ਨੂੰ ਮੁਕਤੀਦਾਤਾ ਆਖਦੇ ਤੇ ਗੁਰੂ ਦੇ ਨਾਂ ਦੇ ਜੈਕਾਰੇ ਲਾਉਂਦੇ ਹੋਏ ਸ਼ਹੀਦ ਹੋ ਜਾਂਦੇ। इस परेशानी का सबब जहां पना हमीन खान असी ये सोच रहे सां के उस काफिर बंदे बहादुर जिया असीम योद्धा जेकर इस्लाम कबूल करके मुगल हुकूमत दी अधीनगी परवान कर लेंदा ता हुकूमत पूरी दुनिया सर कर सकती थी पर अफसोस। वजह फरमाया शहनशाह पूछ पड़ताल करदिया 3 महीने होर बीत गए ने पर ना ही उस बंदे ने मुंह खोलिया है ते ना ही उसके किसी साथी ने हर पेशकश हर लालच हर डरावा दे के वेख लिया पर कोई फायदा नहीं होया जहां पना। औलाद हां अमीन खान औलाद औलाद का छोटा जिन्ना दर्द भी
सख्त तो सख्त चट्टान नो मोम बना दंदा है। मैं समझ गया जहां पना, मैं समझ गया, पर जेकर फिर भी ना मनने ते सारे साथियां समेत उसनों कड़े तो कड़े तसीहे दे के खत्म कर देता जाए। हाँ, एक गल होर, कत्ल गाल जान तो पहला उस काफिर दा जलूस मरहूम बादशाह बहादुर शाह दी कबर ते ले जाया जाए, ता जो कबर विच बादशाह दी रूह नूं सकून मिल सके, हुकम दी तामील हो। जहां पना, अंत 9 जून 1716 नूं बंदा सिंह बहादुर ते उहदे 26 साथियां समेत किले विचों कढ के सरबरा खान कोतवाल ते इब्राहिम उद्दीन खान मीर आतिश दी निगरानी हेठ उसे तरह जलूस दी शकल विच महरोली कुतुब मीनार दे कोल ख्वाजा कुतुब दीन बख्तियार काकी दे रोजे पास पहुंचाया गया। जंजीरा नाल जकड़िया होया ही बंदा बहादुर नु बहादुर शाह दी कबर को ले जाया गया, ता जो उस दी रूह नु कबर विच सकून मिल सके। हाथी उतो उतार के बंदा बहादुर नु जमीन उते बिठाया गया ते पुछया गया, बंदा सिंह तेरे कोल आखरी मौका है, इस्लाम कबूल करता है जा मौत। मौत हो, सूरवीर ने मौत नु स्वीकार कीता, इनकार सुनदे आई हुक्मराना दे हुक्म ते बंदा बहादुर दे 4 दे बच्चे अजय सिंह नु लेके उस दी गोदी विच बिठा दिता ते बंदा बहादुर दे हाथ विच छुरा फड़ा के आखन लगा, अपने बच्चे नु छुरा मार बंदा सिंह। बंदा सिंह ने ना कर दिती। हे सुनदिया जालम अपनी असली नीयत ते आ गया ते उसने जलाद नु हुक्म कीता, इस काफर दे बच्चे नु टोटे टोटे कर दियो ते उसका दिल कट के इस काफर दे मुंह विच पा दियो। नहीं, ऐसा खौफनाक मंजर, तौबा तौबा, ऐसा कहर, ऐसा जुल्म, पर धन है वो गुरुदास सिंह जिसने ऐना कुछ होने के बावजूद भी चेहरे ते शिकन ना आण दिती ते हुण हुण बंदा सिंह नु शरीरक तसीहे देण दी वारी आ गई। एक एक करके इस बाकी दियां अखां कट दित्तियां जान ते जे फेर भी ई न मने ता इस ते बंद बंद कट्टे जान। मैं वेखदा वां कि किन्ना कु सदक है इस ते धर्म विच। जलाद ने बल दी पट्ठी विचो लाल होया छुरा कट्टिया ते को चटके ना बंदा बहादुर दी सच्ची अख कर दित्ती। ते कुछ चिर बाद खबी अख भी कर दित्ती पर बंदे दे मुंह उफ तक ना निकली ते खब्बा पैर कुहाड़ी दे इक्को चटके नाल शरीर नालो वख कर दिता गया। पर बंदा
कोई असर ना हुंदा वेख जलाद ने बंदे दे दोवें हथ वड सुटे पर उसे मुख उत्ते दर्द दे कोई भाव नजर ना आए। हे की जलाद अज तेरे हथियार जवाब दे गए ने या मेरिया अखां भुलेखा खा रही ने पट्ठी विचो गरम जमूर लैके इस मरदूत दे जिसम दी बोटी बोटी तू सुटो। खिंच के जलाद ने पट्ठी विचो लाल होई जमूर कड्डी ते पूरे जोर नाल उसकी छाती विच खोब के मांस दी बोटी कर ली। फिर भी उसके मुंह सी तक ना निकली। ओ अडोल मूरत वर्गा बैठा रहा इसे तरह गर्दन टिड लक ते शरीर दे हर हिस्से विचो बोटियां नोचियां गईयां पर बंदे दे मुंह उफ तक ना निकली। इन्ने अमानवी तसीहां दे बावजूद बंदा बहादुर दे मुंह दर्द भरी चीख सुनन दी हसरत पूरी ना हुंदी वेख जालम खुद पीड़ महसूस करन लग पए पर उसे मुंह हाय तक ना कड़वा पाए। ओए असा तनु किन्ने तसीहे दिते किनिया तकलीफा दितियां तेरे सारे साथियां नू असी मौत दे घाट उतार दिता फिर भी तेरे चेहरे ते दर्द दा कोई भाव तक नहीं। ओए मैं कहना वा चिल्ला चिल्ला चिल्लांदा क्यों नहीं वेख तेरिया अखां दे सामने तेरा बच्चा टोटे टोटे कर दिता गया ते उस दा कलेजा कढ़ के तेरे मुंह विच तुन्या गया तेनू अपने पुत्र दा कोई दुख नहीं चीख चीख मैं कहना चीख। तेरे सारे जिस्म दियां बोटियां नोच छुट्टियां ने आवाज कड़ रो चीख मैनू तेरिया चीखा सुनाई देनिया चाहिदियां ने चीख चला। सारे तशद्दद ते पैंतरे बेकार हुंदे वेख जालम ने खिंच के हुक्म कीता नहीं चीखेंगा जल्लाद तलवार दे इको वार नाल ऐस काफर दा सर तड़ नालो वख कर दिता जाए। नहीं कंब उठी तरती डोलिया अंबर सारा डोलिया न सच्चा सिख गुरु दशमेश दा दोवे हथ वटे दोवे बावा वट दितिया पैर वटे लता वट अखां कट दितिया उंज ही चेहरे तेरे हानूर दरवेश दा डोलिया न सच्चा सिख गुरु दशमेश दा कष्ट तसीहे दे जलाद ने अखीर नू करता शहीद बंदा सिंह सूरबीर
ਕਰਤਾ ਸ਼ਹੀਦ ਬੰਦਾ ਸਿੰਘ ਸੂਰਬੀਰ ਸਿੱਖੀ ਸਿਦਕ ਵਿੱਚ ਪਰਪੱਕ ਉਸ ਮਹਾਨ ਯੋਧੇ ਨੇ ਇਸ ਤਰ੍ਹਾਂ ਕੁਰਬਾਨੀ ਦੇ ਕੇ ਸਿਰ ਨਵਾਇਆ। ਧੰਨ ਹੈ ਗੁਰੂ ਦੀ ਸਿੱਖੀ ਤੇ ਧੰਨ ਹੈ ਗੁਰੂ ਦੇ ਸਿੱਖ ਜਿਸ ਕਿਸੇ ਨੇ ਵੀ ਸ਼ਹੀਦੀ ਦਾ ਇਹ ਮੰਜ਼ਰ ਵੇਖਿਆ ਉਹ ਬਾਬਾ ਬੰਦਾ ਸਿੰਘ ਬਹਾਦਰ ਦੀ ਵੀਰਤਾ ਸਿੱਖੀ ਸਿਦਕ ਤੇ ਸਿਰੜ ਦੀ ਤਾਰੀਫ ਕੀਤੇ ਬਿਨਾਂ ਰਹਿ ਨਾ ਸਕਿਆ। ਗੁਰੂ ਦਾ ਉਹ ਸਿੰਘ ਸੱਚਮੁੱਚ ਬਹਾਦਰ ਸੀ। ਸੱਚਮੁੱਚ ਉਸਨੇ ਗੁਰਬਾਣੀ ਦੇ ਕਥਨ ਨੂੰ ਸਾਬਤ ਕਰ ਵਿਖਾਇਆ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੈ ਹੇਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛੱਡੇ ਖੇਤ। ਦੇਹ ਸ਼ਿਵਾ ਬਰ ਮੋਹੀ ਹੈ ਸ਼ੁਭ ਕਰ ਮਨ ਤੇ ਕਬੂ ਨਾ ਟਰੋ। ਸ਼ੁਭ ਕਰ ਮਨ ਤੇ ਕਬੂ ਨਾ ਟਰੋ। ਦੇਹ ਸ਼ਿਵਾ ਬਰ ਮੋਹੀ ਹੈ ਸ਼ੁਭ ਕਰ ਮਨ ਤੇ ਕਬੂ ਨਾ ਟਰੋ। ਨਾ ਡਰੋ ਅਰਸੋ ਜਬ ਜਾਏ ਨਾ ਰੋ ਨਿਸ਼ਚੇ ਕਰ ਆਪਣੀ ਜੀਤ ਕਰੋ। ਸਿੱਖੋ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤੋਂ ਉਚਰੋ ਜਬ ਆਪ ਕੀ ਔਦ ਨਿਧਾਨ ਬਨੇ ਅਤ ਹੀਰਣ ਮੇ ਤਬ ਜੂਝ ਮਰੋ। ਦੇਹ ਸ਼ਿਵਾ ਬਰ ਮੋਹੀ ਹੈ ਸ਼ੁਭ ਕਰ ਮਨ ਤੇ ਕਬੂ ਨਾ ਟਰੋ।